ਜੋ ਹੀ ਪੰਜਾਬ ਦੇ ਵਿੱਚ ਬੜਾਈ ਦਾ ਸੀਜ਼ਨ ਖਤਮ ਹੋਇਆ ਤੇ ਉਹੀ ਮੁਰ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤਹਿਤ ਅੱਜ ਕੀਰਤੀ ਕਿਸਾਨ ਮੋਰਚਾ ਰੋਪੜ ਦੀ ਬਲੌਕ ਨੂਰਪੁਰ ਬੇਦੀ ਦੀ ਇਕਾਈ ਦਾ ਇੱਕ ਵੱਡਾ ਜਥਾ ਖੇਤਰ ਦੇ ਪਿੰਡ ਸਰਥਾਲੀ ਤੋਂ ਕਿਸਾਨੀ ਨਾਅਰੇ ਦੇ ਨਾਲ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਇਆ ਬੱਸਾਂ ਤੇ ਹੋਰ ਗੱਡੀਆਂ ਰਾਹੀਂ ਰਵਾਨਾ ਹੋਏ ਇਸ ਕਾਫਲੇ ਦੌਰਾਨ ਕਿਸਾਨੀ ਝੰਡੇ ਲਹਿਰਾਏ ਗਏ ਸਨ ਇਸ ਮੌਕੇ ਉਹ ਆਪਣੇ ਨਾਲ ਰਾਸ਼ਨ ਸਮੱਗਰੀ ਨਾਲ ਭਰੀ ਗੱਡੀ ਵੀ ਲੈ ਕੇ ਗਏ ਨੇ ਇਸ ਮੌਕੇ ਗੱਲ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਚੱਲੇ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਅਜੇ ਵੱਡਾ ਕਾਫਲਾ ਰਵਾਨਾ ਹੋਇਆ ਤੇ ਜੇਕਰ ਫਿਰ ਵੀ ਮੋਦੀ ਸਰਕਾਰ ਨੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਤਾਂ ਜਿਸ ਤਰ੍ਹਾਂ ਅੱਜ ਬੰਗਾਲ ਦੇ ਵਿੱਚ ਬੀਜੇਪੀ ਦਾ ਸੁਪਣਾ ਸਾਫ਼ ਕੀਤਾ ਗਿਆ ਉਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਾ ਸਫਾਇਆ ਕੀਤਾ ਜਾਵੇਗਾ ਇਸ ਮੌਕੇ ਗੱਲ ਕਰਦੇ ਮੋਰਚੇ ਦੀ ਮਹਿਲਾ ਮੈਂਬਰ ਨੇ ਕਿਹਾ ਕਿ ਜੋ ਲੋਕ ਅੱਜ ਵੀ ਆਪਣੇ ਘਰਾਂ ਵਿੱਚ ਬੈਠੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਦਿੱਲੀ ਵੱਲ ਚੱਲੇ ਪਉਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਵੱਲੋਂ ਉਹਨਾਂ ਦਾ ਬੁਰਾ ਹੱਸ਼ਰ ਕੀਤਾ ਜਾਵੇਗਾ ਰੋਪਨਗਰ ਤੋਂ ਸਜਨ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਤੇ ਲਈ ਰਿਪੋਰਟ ਦੇਖੋ ਜੀ ਅਸੀਂ ਅੱਜ ਇੱਕ ਵੱਡਾ ਕਾਫਲਾ ਜਿਹੜਾ ਹੈ ਉਹ ਦਿੱਲੀ ਦੇ ਸੰਘਰਸ਼ ਵਿੱਚ ਲੈ ਕੇ ਜਾ ਰਹੇ ਹਾਂ ਤੇ ਮੋਦੀ ਸਰਕਾਰ ਨੂੰ ਇਹ ਚੈਲੰਜ ਕਰਦੇ ਹਾਂ ਅਗਰ ਉਹਨੇ ਤਿੰਨ ਕਾਨੂੰਨ ਇਹ ਵਾਪਸ ਨਾ ਲਏ ਤਾਂ ਜਿਹੜਾ ਬੀਜੇਪੀ ਦੀ ਸਰਕਾਰ ਹੈ ਪਹਿਲਾਂ ਤਾਂ ਬੰਗਾਲ ਦੇ ਵਿੱਚੋਂ ਖਤਮ ਹੋਈ ਹੈ ਤੇ ਪੂਰੇ ਦੇਸ਼ ਦੇ ਵਿੱਚੋਂ ਜਿਹੜੀ ਬੀਜੇਪੀ ਦੀ ਸਰਕਾਰ ਉਹਨੂੰ ਜੜੋਂ ਪੁੱਟ ਕੇ ਹਟਾਂਗੇ ਇਸ ਲਈ ਮੋਦੀ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਤਿੰਨੇ ਕਾਨੂੰਨ ਵਾਪਸ ਲਵੇ ਅਤੇ ਜਿਹੜੇ ਕਿਸਾਨ ਭਰਾ ਸਾਡੇ ਪੈਣਾ ਉੱਥੇ ਬੈਠੀਆਂ ਨੇ ਬਾਰਡਰ ਦੇ ਉੱਤੇ ਉਹਨਾਂ ਨੂੰ ਵਾਖ ਖੁਸ਼ੀ ਨਾਲ ਆਪਣਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਵੇ ਤੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਦ ਤੱਕ ਆਪਣਾ ਤਿੰਨੇ ਕਾਨੂੰਨ ਇਹ ਵਾਪਸ ਨਹੀਂ ਹੋ ਜਾਂਦੇ ਜੇ ਰਸਤੇ ਤੁਹਾਨੂੰ ਪ੍ਰਸ਼ਾਸਨ ਨੇ ਰੋਕ ਕੇ ਤੁਸੀਂ ਕੀ ਜਾਣਾ ਚਾਹੁੰਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 14 ਤਰੀਕ 14 ਮਈ ਨੂੰ ਆਪਾਂ ਸਿੰਘੂ ਬਾਰਡਰ ਤੇ ਜਾ ਰਹੇ ਆਂ ਰਸਤੇ ਜੇਕਰ ਪ੍ਰਸ਼ਾਸਨ ਸਾਨੂੰ ਰੋਕਦਾ ਹੈ ਤਾਂ ਫਿਰ ਅਸੀਂ ਸਮੇਂ ਦੇ ਹਿਸਾਬ ਨਾਲ ਦੇਖਾਂਗੇ ਕਿ ਉਹਨਾਂ ਨਾਲ ਕਿਦਾਂ ਦੋ ਦੋ ਹੱਥ ਕਰਨੇ ਆ ਬਾਕੀ ਜੇ ਸਾਨੂੰ ਉੱਥੇ ਵੀ ਡੇਰੇ ਲਾਣੇ ਪੈਗੇ ਅਸੀਂ ਤਾਂ ਵੀ ਲਾ ਲਾਂਗੇ ਨਹੀਂ ਜੇ ਕ੍ਰਾਸ ਕਰਕੇ ਸਾਨੂੰ ਅੱਗੇ ਜਾਣਾ ਪਿਆ ਜਿਸ ਵੀ ਹਿਸਾਬ ਨਾਲ ਉਸ ਤਰ੍ਹਾਂ ਅਸੀਂ ਸਿੰਘੂ ਬਾਰਡਰ ਜ਼ਰੂਰ ਪਹੁੰਚਾਂਗੇ ਕਿਉਂਕਿ ਅਸੀਂ ਇਹ ਤਿੰਨ ਕਾਨੂੰਨ ਜਿਹੜੇ ਐ ਗਵਰਨਮੈਂਟ ਨੇ ਸਾਡੇ ਉੱਪਰ ਥੋਪੇ ਹੋਏ ਐ ਇਹਨਾਂ ਨੂੰ ਰੱਦ ਕਰਾ ਕੇ ਹੀ ਮੁੜਨਾ ਹੈ ਸਾਡੀ ਚਾਹੇ ਜਾਨਤਾ ਅਸੀਂ ਦੇਣ ਬਾਅਦ ਤੇ ਚੱਲੇ ਵਈਏ ਇਹੋ ਜੀ ਕੋਈ ਗੱਲ ਨਹੀਂ ਪਰਵਾਹ ਸਾਨੂੰ ਹੈ ਕੋਈ ਨਹੀਂ ਹੈ ਚੜਦੀ ਕਲਾ 'ਚ ਰਹਿਣਾ ਚੜਦੀ ਕਲਾ 'ਚ ਰਹਿੰਦੇ ਆਂ ਚੜਦੀ ਕਲਾ 'ਚ ਹੀ ਰਹਾਂਗੇ ਬਾਕੀ ਡਰ ਸਾਨੂੰ ਕਿਸੇ ਦਾ ਨਹੀਂ ਗਵਰਨਮੈਂਟ ਨੇ ਜਿੰਨੀਆਂ ਸਾਨੂੰ ਘੁਰਕੀਆਂ ਦੇਣੀਆਂ ਡਰਾਣਾ ਉਹ ਬਥੇਰਾ ਡਰਾ ਕੇ ਦੇਖ ਲਿਆ ਹੁਣ ਅੱਗੇ ਅਸੀਂ ਕੰਮ ਕਰਨਾ ਜੋ ਗਵਰਨਮੈਂਟ ਨੇ ਜੇ ਕਾਨੂੰਨ ਨਹੀਂ ਰੱਦ ਕੀਤੇ ਅੱਜ ਤੁਸੀਂ ਦਿੱਲੀ ਚੱਲੇ ਆ ਕੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਦਿੱਲੀ ਚੱਲੇ ਅਸੀਂ ਕਹਿਣਾ ਚਾਹੁੰਦੇ ਆ ਇਹ ਮੋਦੀ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਕਰਾ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਲਾਏ ਵੇ ਇਹ ਬਹੁਤ ਖਤਰਨਾਕ ਹੈ ਜੀ મોદી ਸਰਕਾਰ ਨੇ ਇਹ ਕਾਨੂੰਨ ਲਾਗੂ ਕਰ ਦਿੱਤੇ ਇਹ ਬਹੁਤ ਜ਼ਿਆਦਾ ਸਹਾਰਿਆ ਪਰ ਭਾਰ ਮੈਨਾਂ ਜ਼ਰੂਰੀ ਨਹੀਂ ਆ ਵੀ ਕਿਸਾਨਾਂ ਉੱਪਰ ਪੈਣਾ ਇਹ ਗਰੀਬ ਬੰਦਿਆਂ ਉੱਪਰ ਵੀ ਸਭ ਤੋਂ ਜ਼ਿਆਦਾ ਪੈਣਾ ਇਹ ਅਸੀਂ ਇਹ ਕਹਣਾ ਚਾਹਦੇ ਆ ਵੀ ਜਿਹੜੇ ਹਜਾ ਵੀ ਦੋ ਘਰਾਂ ਚ ਬੈਠੇ ਆ ਨਾ ਉਹ ਕਹਿੰਦੇ ਵੀ ਦਿੱਲੀ ਅਸੀਂ ਨਹੀਂ ਜਾਣਾ ਉਹ ਸਾਨੂੰ ਮਜ਼ਾਕ ਕਰਦੇ ਵੀ ਤੁਸੀਂ ਜਾਇਓ ਤੁਹਾਡੇ ਵੱਤਈ ਹੈ ਪਰ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਣਾ ਆ ਕਿ મોદી ਨਾ ਨਾ ਘਰ ਤੇ ਚੱਕ ਚੱਕਰ ਨੇ ਨੇ ਨਾ ਖੇਤਾਂ ਚੋਂ ਫਿਰ ਪਤਾ ਲੱਗਣਾ ਉਹਨਾਂ ਨੂੰ ਵੀ ਜੇ ਅਸੀਂ ਕਿਸਾਨਾਂ ਦੇ ਨਾਲ ਚੱਲ ਪੈਂਦੇ ਤਾਂ ਵਧੀਆ ਤਾਂ ਅਸੀਂ ਇਹ ਮੋਦੀ ਨੂੰ ਖਣਾ ਚਾਹੁੰਦੇ ਆ ਇਹ ਜਿਹੜੇ ਸਾਨੂੰ ਕਾਨੂੰਨ ਲਾਗੂ ਕੀਤੇ ਇਹਨਾਂ ਨੂੰ ਆਪਣਾ ਕਾਨੂੰਨਾਂ ਨੂੰ ਬਾਪਸ ਲੈ ਅਸੀਂ ਇਹ ਕਾਨੂੰਨ ਤੇ ਸਾਨੂੰ ਪੁੱਗਦੇ ਹੈਗੇ ਤਾਂ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਜਦ ਤੱਕ ਦਿੱਲੀ ਥਾਣਾ ਕਾਮਜਾਬ ਰਹੂਗਾ ਅਸੀਂ ਧਰਨੇ ਤੇ ਜਾਂਦੇ ਰਾਵਾਂਗੇ